ਪੂਰੇ ਜੱਗ 'ਤੇ ਵਸਦੇ ਹੋਏ ਪਿਆਰਿਓ ਜੱਟ ਦੇਸ਼ ਦੇ ਵਾਸੀਓ, ਇਸ਼ਾਨ ਬਾਜਵਾ ਦਾ ਸਲਾਮ ਕਬੂਲ ਕਰੋ। ਅਸੀਂ ਕੱਲਰ ਕਹਾਰ ਜੱਟ ਕਬੀਲਾ ਦੀ ਗੱਲ ਕਰਨ ਲੱਗੇ ਅੱਜ। ਕੱਲਰ ਕਹਾਰ ਸੂਰਜਵੰਸ਼ੀ ਜੱਟਾਂ ਦੇ 1000 ਸਾਲ ਪੁਰਾਣਾ ਕਬੀਲ ਹੈ। ਕੱਲਰ ਕਹਾਰ ਦਾ ਮਤਲਬ ਹੁੰਦਾ ਜ਼ੋਰਾਵਰ ਸੂਰਜ। ਕੱਲਰ ਕਹਾਰ ਪੁੱਤਰ ਸੀ ਕੱਲਰ ਦਾ, ਪੋਤਰਾ ਸੀ ਜਿੰਝ ਦਾ ਅਤੇ ਪੜਪੋਤਾ ਸੀ ਜੰਜੂਏ ਦਾ। ਇਹ ਲੋਕ ਕੱਲਰ ਕਹਾਰ, ਕੱਲਰ ਗੋਠ, ਰੋਹੜੀ ਅਤੇ ਸੱਖਰ ਵਿੱਚ ਢੇਰ ਗਿਣਤੀ 'ਚ ਵੱਸਦੇ ਨੇ। ਯਜਮਾਨ ਵਿੱਚ ਆਬਾਸੀਆ ਨਹਿਰ ਅਤੇ ਕੱਲਰ ਪੋਲੇ ਇੱਕ ਇਸ ਕਬੀਲੇ ਦੇ ਨਾਂ 'ਤੇ। ਇਹ ਲੋਕ ਪੰਜਨਾ ਤੋਂ ਅਲੀਪੁਰ ਤੀਕਰ ਢੇਰ ਗਿਣਤੀ ਵਿੱਚ ਵੱਸਦੇ ਨੇ। ਖਾਨਪੁਰ ਕਟੋਰਾ, ਮੀਰਪੁਰ ਕਟੋਰਾ, ਮੀਰਪੁਰ ਖਾਸ, ਥਰਪਾਰਕਰ, ਨੰਗਰ ਪਾਰਕਰ, ਮਿੱਠੀ ਅਤੇ ਡੇਪਲਾ ਵਿੱਚ ਵੀ ਵੱਸਦੇ ਨੇ। ਇਸ ਦੇ ਨਾਲ ਨਾਲ ਹਿੰਦੁਸਤਾਨ 'ਚ ਜੋਧਪੁਰ, ਬੀਕਾਨੇਰ ਅਤੇ ਰਾਜਸਥਾਨ 'ਚ ਵੱਸਦੇ ਨੇ। ਇਹ ਲੋਕ ਚੋਖੇ ਹਿੰਦੂ ਨੇ, ਮੁਸਲਮਾਨ ਘੱਟ ਨੇ। ਮਿੱਠੀ 'ਚ ਡਾਕਟਰ ਨਵਾਬ ਕੱਲਰ MS ਨੇ। ਹੁਣ ਅਸੀਂ ਵੇਖਦੇ ਹਾਂ ਵੀ ਹੋਰ ਕਿਹੜੇ ਤਾਰੀਖੀ ਤਜ਼ਕਰੇ ਅੰਦਰ ਕੱਲਰ ਕਹਾਰ ਜੱਟ ਕਬੀਲੇ ਦਾ ਜ਼ਿਕਰ ਮਿਲਦਾ ਹੈ। ਗਲਾਸਰੀ ਆਫ ਟ੍ਰਾਈਬਸ ਐਂਡ ਕਾਸਟਸ ਅੰਦਰ ED ਮੈਕਲੇਗਨ ਅਤੇ HA ਰੋਜ਼ਨਾ ਆਪਣੇ ਤਜ਼ਕਰੇ ਅੰਦਰ ਕੱਲਰ ਕਹਾਰ ਕਬੀਲੇ ਦਾ ਮੁੱਢੋਂ ਨਾਂ ਤੀਕਰ ਨਹੀਂ ਲਿਆ। ਆਓ ਹੁਣ ਸਾਂਝਾ ਕਰਦੇ ਹਾਂ ਤੁਹਾਡੇ ਨਾਲ ਕੱਲਰ ਕਹਾਰ ਕਬੀਲੇ ਦਾ ਉਹ ਕੁਰਸੀਨਾਮਾ ਜਿਹੜਾ ਮੀਰਪੁਰ ਮਥੇਲਾ ਸਿੰਘ ਤੋਂ ਸਾਡੇ ਮਿੱਤਰ ਪਿਆਰੇ ਆਰੀਆ ਡਾਕਟਰ ਲਾਲ ਬਖਸ਼ ਨਾਇਕ ਮੱਲੀ ਨੇ ਸਾਡੇ ਨਾਲ, ਮੱਲੀ ਜੱਟ ਨੇ ਸਾਡੇ ਨਾਲ ਸਾਂਝਾ ਕੀਤਾ। ਉਸ ਕੁਰਸੀਨਾਮੇ ਮੁਜਬ ਹਜ਼ਰਤ ਆਦਮ ਅਲੈਹ ਸਲਾਮ, ਜਿਨ੍ਹਾਂ ਨੂੰ ਸ਼ਿਵ ਸ਼ੰਕਰ ਅਤੇ ਮਹਾਦੇਵ ਕਿਹਾ ਗਿਆ, ਤੋਂ ਚੋਖਾ ਗੇਰੇ ਜਾ ਕੇ ਨਾਂ ਆਉਂਦਾ ਹਜ਼ਰਤ ਨੂਹ ਅਲੈਹ ਸਲਾਮ ਦਾ, ਜਿਨ੍ਹਾਂ ਨੂੰ ਦੂਸਰਾ ਮਨੂ ਆਖਿਆ ਗਿਆ। ਉਹਨਾਂ ਦੀ 270 ਗਜ਼ ਕਬਰ ਮੰਡਾ ਗੁਜਰਾਤ ਕਾਠੀਆਵਾੜ 'ਚ, ਅਤੇ ਉਸ ਜੂਏ ਉਹਨਾਂ ਨੂੰ ਮਨੂ ਮਹਾਰਾਸ਼ਟਰ ਯਾਨੀ ਵੱਡੇ ਬੇੜੇ ਵਾਲਾ ਮਨੂ ਆਖਦੇ ਨੇ। ਉਹਨਾਂ ਦੀਆਂ ਦੋ ਸਵਾਣੀਆਂ ਜੋ 7 ਪੁੱਤਰ ਹੋਏ। ਉਹਨਾਂ ਦੀ ਪਹਿਲੀ ਸਵਾਣੀ ਸਨਹਾ ਦੇ ਘਰ 3 ਪੁੱਤਰ ਸਾਮ, ਹਾਮ ਅਤੇ ਯਾਫਸ ਹੋਏ, ਜਿਨ੍ਹਾਂ ਨੂੰ ਮਹੇਸ਼ ਵੀ ਕਿਹਾ ਗਿਆ। ਉਹਨਾਂ ਦੀ ਦੂਜੀ ਸਵਾਣੀ ਵਾਇਲਾ ਦੇ ਘਰ 4 ਪੁੱਤਰ ਕਨਾਨ, ਯਰਨ, ਹਰਹਰ ਅਤੇ ਅਜਮ ਹੋਏ। ਇਹ ਮਗਰਲੇ 5 ਮਾਂ ਪੁੱਤਰ ਹਜ਼ਰਤ ਨੂਹ ਅਲੈਹ ਸਲਾਮ ਹੋਰਾਂ ਦੇ ਬੇਅਦਬੇ ਹੋਣ ਪਰੋਂ ਉਹਨਾਂ ਦੇ ਬੇੜੇ 'ਚ ਨਾ ਬੈਠੇ ਅਤੇ ਤੂਫਾਨੇ ਨੂਹ ਦੇ ਵਿੱਚ ਡੁੱਬ ਕੇ ਬੇਨਿਸ਼ਾਨ ਹੋ ਗਏ। ਮੁੜ ਕੇ ਹਜ਼ਰਤ ਨੂਹ ਅਲੈਹ ਸਲਾਮ ਦੇ ਪਹਿਲਿਆਂ 3 ਪੁੱਤਰਾਂ ਦੀ ਨਸਲ ਅੱਗੇ ਵਧੀ। ਸਾਮ ਦੀ ਔਲਾਦ ਸਾਮੀ ਨਸਲ ਸਦਾਈ ਅਤੇ ਏਸ਼ੀਆ 'ਚ ਵੱਸ ਗਈ। ਹਾਮ ਦੀ ਔਲਾਦ ਅਫਰੀਕਾ 'ਚ ਜਾ ਵਸੀ ਅਤੇ ਯਾਫਸ ਜਿਹਨੂੰ ਮਹੇਸ਼ ਕਿਹਾ ਗਿਆ ਉਹਦੀ ਔਲਾਦ ਤੁਰਕੀ, ਚੀਨ ਅਤੇ ਯੂਰਪ ਦੇ ਵਿੱਚ ਜਾ ਵਸੀ। ਅੱਗੋਂ ਸਾਮ ਦੇ ਪੁੱਤਰ ਹੋਏ ਅਰਫਖਾ ਸਿੰਘ, ਜਿਹਨੂੰ ਸਿੰਧ ਵੀ ਕਿਹਾ ਗਿਆ, ਈਸ਼ਵਰ ਜਿਹਨੂੰ ਹਿੰਦ ਕਿਹਾ ਗਿਆ, ਆਰਾਮ ਜਿਹਨੂੰ ਆਰਮੀਨੀਆ ਜਿੱਥੇ ਉਹਦੀ ਨਸਲ ਵੱਸਦੀ ਹੈ, ਅਸਵਰ ਜਿਹਦੀ ਨਸਲ ਫਾਰਸ 'ਚ ਵੱਸਦੀ ਹੈ, ਲੂਦ ਜਿਹਦੀ ਨਰੋਮ ਦੇ ਵਿੱਚ ਨਸਲ ਹੈ, ਬਲਕਾਨ ਜਿਹਦੇ 2 ਪੁੱਤਰ ਖਰਾਸਾਨ ਅਤੇ ਸ਼ਾਮ ਹੋਏ ਨੇ, ਸਮਾਨ ਅਤੇ ਕਨਾਨ ਜਿਹਨੂੰ ਕੀਕਾਨ ਵੀ ਕਿਹਾ ਗਿਆ, ਲਾਵਰ ਅਤੇ ਈਲਾਮ ਜਿਹਨੂੰ ਅਰਬਾਂ ਨੇ ਗਿਲਾਮ ਆਖਿਆ, ਅਤੇ ਅਗਲੇ ਪੁੱਤਰ ਦਾ ਨਾਂ ਸੀ ਮੂਰਚ। ਅੱਗੋਂ ਅਰਫਖਾ ਸਿੰਧ, ਸਿੰਧ ਦੇ ਪੁੱਤਰ ਹੋਏ ਨੇ ਸੱਖਰ, ਭੱਖਰ, ਠੱਠਾ, ਹੋਲ, ਹਰਮੇਸ਼, ਅਮਰ, ਸਿਕੰਦਰ ਜ਼ੁਲਕਰਨੈਨ ਜਿਹਦੀ ਨਸਲ ਹੋਏ, ਅਤੇ ਡਾਗਰ ਇਹ ਗੈਰ ਆਰੀਆ ਨਸਲ ਦੱਸੀ ਜਾਂਦੀ ਹੈ, ਜਲੂਦਰ ਅਤੇ ਜਾਸ਼ਰ, ਜਾਸ਼ਰ ਦਾ ਦੂਜਾ ਨਾਂ ਲੌਜ਼ਰ ਵੀ ਸੀ, ਅਤੇ ਸਮੂਦ ਬਾਦਸ਼ਾਹ ਵੀ ਇਸੇ ਨਸਲੋਂ ਸੀ, ਔਰ ਜੱਟਾਂ ਦਾ ਸਮਾਂ ਖਾਨਦਾਨ ਵੀ ਇਸੇ ਨਸਲੋਂ ਸੀ। ਅਗਲਾ ਪੁੱਤਰ ਸੀ ਇਹਨਾਂ ਦਾ ਗੁਜਰਾਤ, ਜਿਹਦੇ 3 ਪੁੱਤਰ ਹੋਏ ਜੋਧ, ਬੀਕਾ ਅਤੇ ਜੈਸਲ, ਜਿਹਨਾਂ ਜੋਧਪੁਰ, ਬੀਕਾਨੇਰ ਅਤੇ ਜੈਸਲਮੀਰ ਵਸਾਏ। ਅਗਲਾ ਪੁੱਤਰ ਗਾਰਾ ਸੀ, ਜਿਹਦੇ ਨਾਂ ਤੋਂ ਹੜੱਪਾ ਸ਼ਹਿਰ ਵਸਿਆ। ਅਗਲਾ ਟੈਕਸਲਾ। ਅਗਲਾ ਹੰਡ, ਜਿਹਦੇ ਨਾਂ ਤੋਂ ਸੁਆਬੀ ਸ਼ਹਿਰ ਵਸਿਆ।
ਅਗਲਾ ਆਸਾਮ ਅਤੇ ਅਗਲਾ ਤਾਮਲੀ, ਤਾਮਿਲ ਕੌਮ ਉਹਦੇ ਨਾਂ ਤੋਂ ਵਸੀ, ਅਤੇ ਅਗਲਾ ਮੂਲਾ ਜਿਹਦੇ ਨਾਂ ਤੋਂ ਮੂਲਸਤਾਨ ਜਾਂ ਕਸ਼ੇਪੁਰਾ ਆਬਾਦ ਹੋਇਆ। ਅਗਲਾ ਪੁੱਤਰ ਮਿਜ਼ੋਰਾਮ, ਅਗਲਾ ਮਕਰਾਨ ਜਿਹਨੂੰ ਮਕਾਨ ਵੀ ਕਿਹਾ ਗਿਆ, ਅਗਲਾ ਪੁੱਤਰ ਕਰਮਾਨ ਜਿਹੜਾ ਇਰਾਨ ਦਾ ਸੂਬਾ ਵੀ ਹੈ ਜਿਹਦੀ ਨਸਲ ਉੱਥੇ ਵੱਸਦੀ ਹੈ, ਅਗਲਾ ਹਨਵਾਦਰ ਜਿਹਦਾ ਦੂਜਾ ਨਾਂ ਗਵਾਦਰ ਹੈ, ਅਗਲਾ ਕੀ ਕਾਨ ਜਿਹਦੇ ਨਾਂ ਤੋਂ ਕਲਾਤ ਪਿਆ, ਅਤੇ ਅਗਲਾ ਖੁਸਦਾਰ ਅਤੇ ਅਗਲਾ ਸੀਸ ਜਿਹੜਾ ਇਰਾਨ ਦਾ ਸੂਬਾ ਸੀਸਤਾਨ ਜਿਹਦੀ ਨਸਲ ਵੱਸਦੀ ਹੈ। ਅੱਗੋਂ ਇਹਨਾਂ ਵਿੱਚੋਂ ਮੁਗਲਾਂ ਦੇ ਪੁੱਤਰ ਆਸਟੂਬਰ ਸਰਵਾਈ ਅਤੇ ਇਰਮ ਹੋਏ, ਅੱਗੋਂ ਇਰਮ ਦਾ ਪੁੱਤਰ ਹੋਇਆ ਊਸ ਅਤੇ ਊਸ ਦਾ ਪੁੱਤਰ ਫਿਰ ਇਰਮ ਹੋਇਆ, ਇਸ ਇਰਮ ਦਾ ਨਾਂ ਸਾਗਤ ਵੀ ਸੀ, ਅਤੇ ਅੱਗੋਂ ਇਹਦਾ ਪੁੱਤਰ ਹੋਇਆ ਆਦ, ਇਹਦਾ ਦੂਜਾ ਨਾਂ ਮੋਹਨ ਵੀ ਸੀ, ਮੋਹਨ ਜੋ ਦੜੋ ਮੋਹਨ ਕੋਟ ਜਾਂ ਰਿੰਨੀ ਕੋਟ ਇਹਦੇ ਨਾਂ ਦੇ ਉੱਤੇ ਪਏ ਸਨ। ਇਹਦੇ ਅੱਗੋਂ ਪੁੱਤਰ ਹੋਏ ਨੇ ਜਲੂਦ, ਸਹਿਰੇਬ, ਸਹਿਰੇਬ ਦੀ ਨਸਲੋਂ ਨਮਰੂਦ ਬਾਦਸ਼ਾਹ ਦੀ ਨਸਲ ਟੁਰੀ, ਪਤਨ, ਕਾਹੂ, ਜੁੱਕਰ, ਡੀਜੀ, ਅਰੋੜ, ਦੁਹਾਗਾ, ਰੋੜਕਾ, ਟੈਕਸਲਾ, ਹਰੀ ਪੋਪੀਆ, ਤਲੂੰਜਾ, ਡਾਗਾ, ਸ਼ਦਾਦ, ਇਹ ਉਹ ਬਾਦਸ਼ਾਹ ਸੀ ਜਿਹਨੇ ਜੰਨਤ ਦੋਜ਼ਖ ਬਣਾਈ, ਸ਼ਦੀਦ, ਬਾਲਾ ਜਿਹਦੇ ਨਾਂ ਤੋਂ ਬਾਲਾਕੋਟ ਕਿਲ੍ਹੇ, ਮੇਹਰ ਜਿਹਦੇ ਨਾਂ ਤੋਂ ਮੇਹਰਗੜ੍ਹ ਦਾ ਕਿਲ੍ਹਾ ਬਲੋਚਿਸਤਾਨ ਦਾ, ਅਤੇ ਸੁਹਾਗਾ। ਅੱਗੋਂ ਜਲੂਦ ਦੇ ਪੁੱਤਰ ਹੋਏ ਬਾ, ਅਰਨੰਦ, ਛੱਲਾ, ਅੰਬਰ, ਬ੍ਰਹਮਾ ਅਤੇ ਸੁਹਾਗਾ ਅਤੇ ਮੋਢਾ। ਅੱਗੋਂ ਭਾ ਦੇ ਪੁੱਤਰ ਹੋਏ ਵਿਸ਼ਨੂੰ ਵੇ, ਸੁਰੰਭੂ, ਸ਼ੰਕਰ, ਚੇਤੂ, ਸੇਂਭੂ ਅਤੇ ਗੋਰਖ। ਗੋਰਖ ਦਾ ਦੂਜਾ ਨਾਂ ਹਜ਼ਰਤ ਹੂਦ ਅਲੈਹਿਸ ਸਲਾਮ ਹੀ ਸੀ, ਔਰ ਇਹਨਾਂ ਦਾ ਦੂਜਾ ਨਾਂ ਪਿਸ਼ਾਰਾਮ ਹੀ ਸੀ, ਪਿਸ਼ਾਵਰ ਸ਼ਹਿਰ ਇਹਨਾਂ ਦੇ ਨਾਂ 'ਤੇ ਵਸਿਆ ਸੀ। ਗੋਰਖ ਜਾਂ ਹਜ਼ਰਤ ਹੂਦ ਅਲੈਹਿਸ ਸਲਾਮ ਦੇ ਪੁੱਤਰ ਹੋਏ ਅਰੜ, ਜਿਹਦਾ ਨਾਂ 'ਤੇ ਕਿਲ੍ਹਾ ਹਰੀੜ ਦੇ ਵਿੱਚ ਦਾਦੂ ਦੇ ਵਿੱਚ ਬਣਿਆ ਹੋਇਆ, ਅਤੇ ਗੱਬਰ ਅਤੇ ਬੱਬਰ, ਤੰਦੂਰ, ਬਰਬਰਾ, ਹੀਮ ਅਤੇ ਭੀਮ। ਅੱਗੋਂ ਇਹਨਾਂ ਵਿੱਚੋਂ ਬਰਬਰਾ ਦੇ ਪੁੱਤਰ ਹੋਏ ਨੇ ਅਬਰੂ, ਅਬਰ ਅਤੇ ਅਬਰੀਨ। ਅੱਗੋਂ ਅਬਰੂ ਦਾ ਪੁੱਤਰ ਹੋਇਆ ਜੀ ਕੈਤਾਨ, ਸੋਮ, ਮਹਿਲਾ, ਅਗਨੀ, ਸੂਈ, ਨਿਰਸਲ, ਸੱਲਾ, ਭੂਮੀ, ਮੰਦਰ, ਮਹਾਨ, ਸਰੂਸ, ਅਰਨੰਦ ਅਤੇ ਯਾਕੂਬ। ਅੱਗੋਂ ਕੈਤਾਨ ਦੇ ਪੁੱਤਰ ਹੋਏ ਯਕਤਾਨ, ਫਲਜ, ਸਲਜ ਅਤੇ ਯਾਰਬ। ਇਹ ਫਲਜ, ਸਲਜ ਅਤੇ ਯਾਰਬ ਜਿਹੜੇ ਨੇ ਯਮਨ ਚਲੇ ਗਏ, ਇਹਨਾਂ ਜਾ ਕੇ ਸਬਾਹ ਦਾ ਮੁਲਕ ਵਸਾਇਆ। ਮਲਕਾ ਬਲਕੀਸ ਜਿਹੜੀ ਹੈ ਉਹ ਇਸੇ ਖਾਨਦਾਨ 'ਚੋਂ ਸੀ। ਅੱਗੋਂ ਯਕਤਾਨ ਦਾ ਪੁੱਤਰ ਹੋਇਆ ਸ਼ਾਹਰੁਖ ਮੰਬਾ, ਅਤੇ ਸ਼ਾਹਰੁਖ ਮੰਬੇ ਦਾ ਪੁੱਤਰ ਹੋਏ ਨੇ ਨਾਹੂਰ। ਨਾਹੂਰ ਦਾ ਦੂਜਾ ਨਾਂ ਹਜ਼ਰਤ ਅਯੂਬ ਅਲੈਹਿਸ ਸਲਾਮ ਅਵਲ ਸੀ, ਜਿਹੜੇ ਮੁਲਤਾਨ ਵਿੱਚ ਬਾਦਸ਼ਾਹ ਵੀ ਸਨ, ਮੁਲਤਾਨ ਦੇ ਰਸੂਲ ਵੀ ਸਨ, ਔਰ ਬੂਹੜ ਗੇਟ ਮੁਲਤਾਨ ਦੇ ਅੰਦਰ ਬਾਹਰ ਉਹਨਾਂ ਦੀ ਕਬਰ ਹੈ। ਇਹਨਾਂ ਦੇ ਪੁੱਤਰ ਹੋਏ ਸ਼ਬਰ, ਬਸ਼ਰ, ਸ਼ਬੀਰ, ਬਸ਼ੀਰ, ਖਾਰਾਨ ਜਿਹੜੇ ਸਾਰਾ ਦੇ ਵਾਲਦ ਸਨ, ਤਾਰਖ ਅਤੇ ਆਜ਼ਰ। ਅੱਗੋਂ ਤਾਰਖ ਦੇ ਪੁੱਤਰ ਹੋਏ ਹਜ਼ਰਤ ਇਬਰਾਹੀਮ ਅਲੈਹਿਸ ਸਲਾਮ, ਫਾਊਰ, ਨਾਹੂਰ ਅਤੇ ਹਾਰਾਨ। ਇਹਨਾਂ ਵਿੱਚੋਂ ਫਾਊਰ ਹਕੀਮ ਲੁਕਮਾਨ ਦੇ ਵਾਲਦ ਸਨ, ਹਾਰਾਨ ਹਜ਼ਰਤ ਲੂਤ ਅਲੈਹਿਸ ਸਲਾਮ ਦੇ ਵਾਲਦ ਸਨ। ਨਾਹੂਰ ਦੇ ਦੋ ਪੁੱਤਰ ਲਾਬਾਨ ਅਤੇ ਨੀਤੂਏਲ ਹੋਏ। ਲਾਬਾਨ ਦੀਆਂ ਦੋ ਧੀਆਂ ਰਾਹੀਲ ਅਤੇ ਲਈਆ ਹੋਈਆਂ, ਜਿਹੜੀਆਂ ਹਜ਼ਰਤ ਯਾਕੂਬ ਅਲੈਹਿਸ ਸਲਾਮ ਦੀਆਂ ਬੀਵੀਆਂ ਬਣੀਆਂ, ਅਤੇ ਨੀਤੂਏਲ ਦੀ ਇੱਕ ਧੀ ਬਰਮਕਾ ਹੋਈ ਜਿਹੜੀ ਹਜ਼ਰਤ ਸਾਕ ਨਾਲ ਵਿਆਹੀ ਗਈ, ਅਤੇ ਉਸ ਦੀ ਕੁੱਖੋਂ ਦੋ ਜੋੜੇ ਪੁੱਤਰ ਐਸੂ ਅਤੇ ਯਾਕੂਬ ਹੋਏ। ਯਾਕੂਬ ਦਾ ਲਫਜ਼ੀ ਮਤਲਬ ਹੁੰਦਾ ਮਗਰੋਂ ਆਉਣ ਵਾਲਾ। ਅੱਗੋਂ ਹਜ਼ਰਤ ਇਬਰਾਹੀਮ ਅਲੈਹਿਸ ਸਲਾਮ, ਜਿਨ੍ਹਾਂ ਨੂੰ ਹਿੰਦੀ 'ਚ ਬ੍ਰਹਮਾ ਆਖਿਆ ਗਿਆ, ਉਹਨਾਂ ਦੀਆਂ ਚਾਰ ਸੁਹਾਣੀਆਂ ਜੋ 13 ਪੁੱਤਰ ਅਤੇ ਦੋ ਵੀ ਧੀਆਂ ਹੋਈਆਂ। ਉਹਨਾਂ ਦੀ ਪਹਿਲੀ ਸੁਹਾਣੀ ਜਿਹੜੀ ਸੀ ਸਾਇਰਾ, ਉਹਨਾਂ ਦੇ ਘਰ ਹਜ਼ਰਤ ਇਸਹਾਕ ਅਲੈਹਿਸ ਸਲਾਮ, ਜਿਨ੍ਹਾਂ ਨੂੰ ਅੰਗਰ ਸੀ ਭਗਵਾਨ ਹਿੰਦੀ 'ਚ ਆਖਿਆ ਗਿਆ, ਉਹ ਹੋਏ। ਦੂਜੀ ਸੁਹਾਣੀ ਹਾਜਰਾ ਦੇ ਘਰ ਹਜ਼ਰਤ ਇਸਮਾਈਲ ਅਲੈਹਿਸ ਸਲਾਮ, ਜਿਨ੍ਹਾਂ ਨੂੰ ਅਥਰੂ ਭਗਵਾਨ ਆਖਿਆ ਗਿਆ, ਉਹ ਹੋਏ।
ਤੀਜੀ ਤ੍ਰੀਮਤ ਕਤੂਰਾ ਵਿੱਚੋਂ 6 ਪੁੱਤਰ ਅਤੇ 1 ਧੀ ਲਾਲੀਬਾਈ ਹੋਈ ਅਤੇ ਚੌਥੀ ਜ਼ਾਲ ਹਾਜੀਆਂ ਦੇ ਘਰ 5 ਪੁੱਤਰ ਅਤੇ 1 ਧੀ ਲਬੂਦਾਬਾਈ ਹੋਈ। ਅੱਗੋਂ ਹਜ਼ਰਤ ਇਸਮਾਇਲ ਸਲਾਮ ਜਿਨ੍ਹਾਂ ਨੂੰ ਅਥਰੂ ਭਗਵਾਨ ਹਿੰਦੀ 'ਚ ਆਖਿਆ ਗਿਆ, ਉਹਨਾਂ ਦੀਆਂ ਤਿੰਨਾਂ ਸਵਾਣੀਆਂ 'ਚੋਂ ਔਲਾਦ ਬਸ ਇੱਕੋ ਬੀਵੀ ਵੱਲ ਹੋਈ ਜਿਹਦਾ ਨਾਮ ਮਿਜ਼ਾਕ ਸੀ, ਔਰ ਉਹਦੇ 'ਚੋਂ ਪੁੱਤਰ ਹੋਏ ਨਿਆਬੂ ਜਿਹਨੂੰ ਕਿਰਨ ਵੀ ਕਿਹਾ ਗਿਆ, ਮਿਸ਼ਾ ਜਿਹਨੇ ਮੱਕਾ ਵਸਾਇਆ, ਕੀਦਾਰ ਜਿਹੜੇ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੇ ਜੱਦੇ ਅਮਜਦ ਖਾਨਦਾਨ ਸੀ, ਉਮੇਲ ਅਤੇ ਪਾਮੇਲ ਜਿਨ੍ਹਾਂ ਨੂੰ ਸਾਬਿਰਾਸ ਕਿਹਾ ਗਿਆ, ਰੋਹਾ ਹਿਰਾ ਯਤੂਰ ਤੀਮਾ ਅਤੇ ਨਾਫਸ, ਅਤੇ ਇੱਕ ਧੀ ਬਿਸਮਾ ਹੋਈ ਜਿਹੜੀ ਹਜ਼ਰਤ ਇਸਹਾਕ ਅਲੈਹਿ ਸਲਾਮ ਦੇ ਪੁੱਤਰ ਐਸੂ ਨਾਲ ਵਿਆਹੀ ਗਈ ਅਤੇ ਉਸ ਦੀ ਕੁੱਖੋਂ ਰੋਮੀ ਸੁਲਤਾਨਾਂ ਦਾ ਮੋਢੀ ਰੋਮ ਜੰਮਿਆ। ਅੱਗੋਂ ਨਿਆਬੂਬ ਜਿਹੜਾ ਸੀ ਉਹਦਾ ਪੁੱਤਰ ਹੋਇਆ ਉੱਤਰੀ, ਉੱਤਰੀ ਦਾ ਦੂਜਾ ਨਾਂ ਅਰਚੀ ਵੀ ਸੀ, ਸ਼ਮਾਇਲ ਵੀ ਸੀ, ਨਾਰਾਇਣ ਵੀ ਸੀ, ਔਰ ਇਹਦੀ ਨਸਲ ਪਰਤ ਕੇ ਸਿੰਧ ਵੱਲ ਆਏ ਤਾਰੀਆ ਜੱਟ ਦੇ ਜਾਟਕਿਸਤਾਨ 'ਚ ਆ ਗਈ। ਇਹਦੇ ਪੁੱਤਰ ਉੱਤਰੀ ਦੇ ਹੋਏ ਈਲਾ, ਅਰਮਾ, ਅਰੂਦ, ਨਰੀ, ਵਰੂਨ ਅਤੇ ਸਮੁੰਦਰਮਾਨ। ਅੱਗੋਂ ਇਹਨਾਂ ਵਿੱਚੋਂ ਨਰੀ ਦਾ ਪੁੱਤਰ ਹੋਇਆ ਸੂਰਜ, ਸੂਰਜ ਦਾ ਪੁੱਤਰ ਕਿਸ਼ੇਪ, ਕਿਸ਼ੇਪ ਦਾ ਕਿਰਨ, ਕਿਰਨ ਦਾ ਫਿਰ ਕਿਸ਼ੇਪ, ਅਤੇ ਕਿਸ਼ੇਪ ਦਾ ਪੁੱਤਰ ਦਿਓਲ ਹੋਇਆ, ਦਿਓਲ ਦਾ ਪੁੱਤਰ ਹੋਇਆ ਮੰਨੂ, ਇਹ ਰਾਮ ਚੰਦਰ ਜੀ ਨਸਲ, ਅਤੇ ਦੂਜਾ ਪੁੱਤਰ ਸੀ ਵੱਛਾ, ਇਹ ਪਹਿਲਾ ਸੂਰਜਵੰਸ਼ੀ ਜੱਟ ਮਹਾਰਾਜਾ ਹੋਇਆ। ਅੱਗੋਂ ਵੱਛੇ ਦਾ ਪੁੱਤਰ ਕਛਵਾ ਹੋਇਆ, ਇਹ ਪਹਿਲਾ ਸੂਰਜਵੰਸ਼ੀ ਅਵਤਾਰ ਹੋਏ ਨੇ, ਅਤੇ ਅੱਗੋਂ ਕਛਵੇ ਦਾ ਪੁੱਤਰ ਬੁੱਧਪਾਲ, ਬੁੱਧਪਾਲ ਦਾ ਸ਼ਸ਼ਪਾਲ, ਸ਼ਸ਼ਪਾਲ ਦਾ ਹਮਸਾ ਚਾਲਕ, ਹਮਸਾ ਚਾਲਕ ਦਾ ਆਦੂ ਚਾਲਕ, ਆਦੂ ਚਾਲਕ ਦਾ ਪੁੱਤਰ ਨਿਰਮਲ ਚਾਲਕ, ਨਿਰਮਲ ਚਾਲਕ ਦਾ ਨਿਰਾਸ਼ਨਸ ਚਾਲਕ, ਨਿਰਾਸ਼ਨਸ ਚਾਲਕ ਦਾ ਮਹਿੰਦਰ ਚਾਲਕ, ਮਹਿੰਦਰ ਚਾਲਕ ਦਾ ਮਾਸ ਚਾਲਕ, ਮਾਲਕ ਮਾਸ ਚਾਲਕ ਦਾ ਮਾਲਕੂ ਚਾਲਕ, ਮਾਲਕੂ ਚਾਲਕ ਦਾ ਸੂਰਤ ਚਾਲਕ, ਅਤੇ ਸੂਰਤ ਚਾਲਕ ਦਾ ਲੀਲਾ ਚਾਲਕ, ਲੀਲਾ ਚਾਲਕ ਦਾ ਅੰਮ੍ਰਿਤ ਚਾਲਕ, ਅਤੇ ਅੰਮ੍ਰਿਤ ਚਾਲਕ ਦਾ ਗਿਆਨ ਚਾਲਕ, ਗਿਆਨ ਚਾਲਕ ਦਾ ਪੁੱਤਰ ਅਮਰ ਮੱਲ, ਅਮਰ ਮੱਲ ਦਾ ਪੁੱਤਰ ਗੁਲਾਬ ਚਾਲਕ, ਗੁਲਾਬ ਚਾਲਕ ਦਾ ਪੁੱਤਰ ਅਸ਼ਮਤ ਚਾਲਕ, ਅਸ਼ਮਤ ਚਾਲਕ ਦਾ ਪੁੱਤਰ ਬੂਰਾ ਚਾਲਕ, ਬੂਰਾ ਚਾਲਕ ਦਾ ਪੁੱਤਰ ਜ਼ਬਰ ਮੱਲ, ਅਤੇ ਜ਼ਬਰ ਮੱਲ ਦਾ ਪੁੱਤਰ ਹੰਸਾ ਰਾਜ, ਹੰਸਾ ਰਾਜ ਦਾ ਪੁੱਤਰ ਭੋਜ ਰਾਜ, ਭੋਜ ਰਾਜ ਦਾ ਪੁੱਤਰ ਸੂਰਜਮੁਖੀ ਰਾਜ, ਸੂਰਜਮੁਖੀ ਰਾਜ ਦਾ ਪੁੱਤਰ ਕਿਰਨ ਰਾਜ, ਕਿਰਨ ਰਾਜ ਦਾ ਪੁੱਤਰ ਚੰਦਰ ਸੀਨ ਰਾਜ, ਚੰਦਰ ਸੀਨ ਰਾਜ ਦਾ ਪੁੱਤਰ ਗਵਾ ਸੰਘ ਸੀਨ, ਅਤੇ ਗਵਾ ਸੰਘ ਸੀਨ ਦਾ ਪੁੱਤਰ ਬਾਲਜਾ ਸੀਨ, ਬਾਲਜਾ ਸੀਨ ਦਾ ਪੁੱਤਰ ਦੂਰਦੇਸ਼ੀ ਰਾਜ, ਦੂਰਦੇਸ਼ੀ ਰਾਜ ਦਾ ਪੁੱਤਰ ਹੰਸਾ ਸੀਨ, ਹੰਸਾ ਸੀਨ ਦਾ ਪੁੱਤਰ ਮੂਲ ਰਾਜ, ਮੂਲ ਰਾਜ ਦਾ ਪੁੱਤਰ ਚਾਲਕ ਰਾਜ, ਚਾਲਕ ਰਾਜ ਦਾ ਪੁੱਤਰ ਸੋਤ੍ਰਕ ਰਾਜ, ਸੋਤ੍ਰਕ ਰਾਜ ਦਾ ਪੁੱਤਰ ਸਰੋਇਆ ਰਾਜ, ਸਰੋਇਆ ਰਾਜ ਦਾ ਪੁੱਤਰ ਮੱਲ ਰਾਮ ਮੱਲੀ, ਮੱਲ ਰਾਮ ਮੱਲੀ ਦਾ ਪੁੱਤਰ ਨਾਇਚ, ਨਾਇਚ ਦਾ ਪੁੱਤਰ ਤੂਰ ਜਾਂ ਤੋਮਰਾ, ਅਤੇ ਤੂਰ ਦਾ ਪੁੱਤਰ ਦਰਬਤ, ਜਿਹਨੂੰ ਦਰਪਾਲੀ ਵੀ ਕਿਹਾ ਜਾਂਦਾ, ਅਤੇ ਜਿਹਦਾ ਦਰਪਾਲੀ ਕਬੀਲਾ ਦਰਪਤ ਤੋਂ, ਅਤੇ ਉਹਦਾ ਪੁੱਤਰ ਹੋਇਆ ਮੱਲਪਾਲ, ਅਤੇ ਮੱਲਪਾਲ ਦਾ ਪੁੱਤਰ ਹੋਇਆ ਖੱਖਪਾਲ, ਖੱਖਪਾਲ ਦਾ ਪੁੱਤਰ ਹੋਇਆ ਜੰਜੂਆ ਪਾਲ, ਅਤੇ ਜੰਜੂਆ ਪਾਲ ਦਾ ਪੁੱਤਰ ਹੋਇਆ ਜਿੰਝ, ਅਤੇ ਜਿੰਝ ਦਾ ਪੁੱਤਰ ਹੋਇਆ ਕੱਲਰ, ਅਤੇ ਕੱਲਰ ਦਾ ਪੁੱਤਰ ਹੋਇਆ ਕੱਲਰ ਕਹਾਰ, ਅਤੇ ਕਾਲਰ ਅਤੇ ਕਾਲਰਾ, ਕਾਲਰਾ ਜਿਹੜਾ ਇਹ ਕਾਹਵਾਂ ਵਿੱਚ ਵੀ ਹੈ ਜਿਹੜਾ ਅਸੀਂ ਹੁਣ ਪਹਿਲਾਂ ਰਿਕਾਰਡ ਕੀਤਾ, ਅਤੇ ਕਲਾਸਰਾ ਕੀਤਾ, ਅਤੇ ਕਾਲਰਾ ਵੀ ਉਹਦੇ ਵਿੱਚ ਹੀ ਹੈ, ਅਤੇ ਅਗਲਾ ਨੇ ਕਾਲ ਕੰਛੀ। ਤੋ ਪਿਆਰਿਓ, ਇਹ ਸੀ ਕੱਲਰ ਕਹਾਰ ਜੱਟ ਕਬੀਲੇ ਦਾ ਅਹਿਵਾਲ ਜਿਹੜਾ ਤੁਹਾਡੇ ਨਾਲ ਸਾਂਝਾ ਕੀਤਾ।